ਅੰਮ੍ਰਿਤਸਰ ਦੇ ਸੁਲਤਾਨਪਿੰਡ ਦੇ ਇਲਾਕੇ ਨਿਊ ਕੋਟ ਮਿੱਤ ਸਿੰਘ ਵਿਖੇ ਬੱਚਿਆਂ ਦੀ ਲੜਾਈ ਤੋਂ ਚੱਲੀ ਗੋਲੀ ਵਿੱਚ ਦੋ ਬੱਚਿਆਂ ਸਮੇਤ 4 ਜਣੇ ਜ਼ਖਮੀ ਹੋ ਗਏ। ਇਹ ਘਟਨਾ ਉਸ ਸਮੇਂ ਹੋਈ ਜਦੋਂ ਸਾਬਕਾ ਫੌਜੀ ਕੁਲਦੀਪ ਸਿੰਘ ਅਤੇ ਉਸਦੇ ਭਰਾ ਜੋਗਿੰਦਰਪਾਲ ਸਿੰਘ ਵਾਸੀ ਨਿਊ ਕੋਟ ਮਿੱਤ ਸਿੰਘ ਦੇ ਬੱਚੇ ਆਪਸ ਵਿੱਚ ਗਰਾਊਂਡ ਵਿੱਚ ਖੇਡ ਰਹੇ ਸਨ ਅਤੇ ਇਹਨਾਂ ਦੀ ਕਿਸੇ ਵੱਲੋਂ ਲੜਾਈ ਹੋ ਗਈ। ਇਸ ਤੋਂ ਬਾਅਦ ਜੋਗਿੰਦਰਪਾਲ ਸਿੰਘ ਕੁਲਦੀਪ ਸਿੰਘ ਦੇ ਘਰ ਗਿਆ ਤਾਂ ਕੁਲਦੀਪ ਸਿੰਘ ਦੇ ਲੜਕੇ ਰਾਜਾ ਨੇ ਆਪਣੇ ਪਿਤਾ ਦੀ ਲਾਇਸੈਂਸੀ ਦੁਨਾਲੀ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਜੋਗਿੰਦਰਪਾਲ ਅਤੇ ਉਸਦੇ ਦੋ ਬੱਚਿਆਂ ਸਮੇਤ 4 ਜਣੇ ਜ਼ਖਮੀ ਹੋ ਗਏ। ਇਸ ਸੰਬੰਧੀ ਪੀੜਿਤ ਪਰਿਵਾਰ ਨੇ ਪੁਲਿਸ ਪਾਸੋਂ ਕੁਲਦੀਪ ਸਿੰਘ ਅਤੇ ਉਸਦੇ ਲੜਕੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ ਜਾਂਚ ਅਧਿਕਾਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਜਿੰਦਰ ਸਿੰਘ ਕੁਝ ਨਹੀਂ ਜੀ, ਇਹ ਦੋ ਪਰਿਵਾਰਾਂ ਦੀ ਆਪਸੀ ਲੜਾਈ ਸੀ ਅਤੇ ਅਸੀਂ ਇੱਕਦਮ ਸ਼ੋਰ ਸ਼ਰਾਬਾ ਸੁਣਿਆ ਜਦੋਂ ਬਾਹਰ ਆਏ ਅਤੇ ਉਹਨਾਂ ਨੇ ਅੱਗੋਂ ਫਾਇਰ ਕੀਤਾ ਅਤੇ ਉਹ ਮੇਰੇ ਲਾਗੇ ਸ਼ਰੇ। ਸੁਖਵਿੰਦਰ ਕੌਰ, ਇਹ ਬੱਚੇ ਕ੍ਰਿਕਟ ਖੇਡਦੇ ਪਏ ਸੀ, ਉਹਨਾਂ ਦੇ ਬੱਚੇ ਵੀ ਉੱਥੇ ਆ ਮਤਲਬ ਆ ਗਏ ਇਹਨਾਂ ਦੇ ਨਾਲ ਹੀ ਖੇਡਣ ਲੱਗ ਪਏ ਅਤੇ ਕੋਈ ਬੱਚਿਆਂ 'ਚ ਪਤਾ ਨਹੀਂ ਕੀ ਬੋਲ ਉਹਨੇ ਮੇਰੇ ਜੇਠ ਦੇ ਮੁੰਡੇ ਨੇ ਬੋਲ ਸੁੱਟ ਦਿੱਤੀ ਫੜ ਕੇ ਇਹਨਾਂ ਦੀ, ਅਤੇ ਉਹ ਮੇਰੇ ਵੱਡੇ ਬੇਟੇ ਨੇ ਕਿਹਾ ਵੀ ਤੁਸੀਂ ਬੋਲ ਕੇ ਸੁੱਟੀ ਮੇਰੀ ਬੋਲ ਲਿਆ ਕੇ ਦੇ, ਅਤੇ ਇਸੇ ਗੱਲ ਤੋਂ ਆਕੜਨ ਲੱਗ ਪਿਆ ਅਤੇ ਮੁੜ ਕੇ ਉਹਦੇ ਚਪੇੜ ਮਾਰਤੀ ਮੇਰੇ ਵੱਡੇ ਮੁੰਡੇ ਦੇ। ਅਤੇ ਵੱਡਾ ਮੁੰਡਾ ਹੀ ਮੇਰਾ 17-18 ਸਾਲ ਦਾ, ਇਹ ਵੀ ਗਰਮ ਹੋ ਗਿਆ, ਉਹਨੇ ਵੀ ਲੜ ਪਏ ਬੋਲ ਪਏ ਮਤਲਬ ਇੱਕ ਦੂਜੇ ਨਾਲ ਹੱਥੋਂ ਪਾਈ ਹੋ ਪਏ, ਹੱਥੋਂ ਪਾਈ ਹੋਏ ਅਤੇ ਮੁੜ ਕੇ ਮੇਰੇ ਜੇਠ ਦਾ ਮੁੰਡਾ ਵੀ ਆ ਗਿਆ ਅਤੇ ਜੇਠ ਵੀ ਆ ਗਿਆ, ਇਹਨਾਂ ਨੇ ਮਤਲਬ ਵੀ ਰੌਲਾ ਜਦੋਂ ਪੈ ਗਿਆ ਅਤੇ ਇਹਨਾਂ ਨੇ ਹੱਥਾਂ 'ਚ ਚੀਜ਼ਾਂ ਫੜੀਆਂ ਸੀ ਅਤੇ ਲੈ ਆਏ ਅਤੇ ਜਦੋਂ ਇਹ ਥੋੜ੍ਹੇ ਜਿਹੇ ਗਾਂਹ ਘੁਲਦੇ ਘੁਲਦੇ ਗਾਂਹ ਨੂੰ ਹੋਏ ਅਤੇ ਮੁੜ ਕੇ ਅਸੀਂ ਛਡਾ ਦਿੱਤਾ ਇਹਨਾਂ ਨੂੰ, ਛਡਾ ਕੇ ਅਸੀਂ ਲੈਣ ਤਾ ਅਤੇ ਵੱਡਾ ਜੇਠ ਮੇਰਾ ਗਿਆ ਅੰਦਰੋਂ ਰੈਫਲ ਲਿਆਇਆ ਫੜ ਕੇ, ਰੈਫਲ ਲਿਆਇਆ ਅਤੇ ਵੱਡੇ ਆਪਣੇ ਵੱਡੇ ਮੁੰਡੇ ਨੂੰ ਫੜਾ ਤੀ ਅਤੇ ਰੋਂਦ ਫੜ ਕੇ ਫਟਾਫਟ ਨਿੱਕੇ ਮੁੰਡੇ ਨੇ ਫੜਾ ਤਾ ਅਤੇ ਉਹ ਰੋਂਦ ਭਰ ਕੇ ਅਤੇ ਸਿੱਧੀ ਮਤਲਬ ਇਹਨਾਂ ਨੇ ਗੋਲੀ ਮਤਲਬ ਕਿ ਕਹਿੰਦੇ ਰਹੇ ਤੁਹਾਨੂੰ ਮਾਰ ਦੇਣਾ, ਤੁਸੀਂ ਗਾਂਹ ਦਿਆ ਤੁਹਾਨੂੰ ਮਾਰ ਦੇਣਾ, ਅਤੇ ਅਸੀਂ ਪਰੇ ਨੂੰ ਚਲੇ ਗਏ ਅਤੇ ਇਹਨਾਂ ਨੇ ਮਤਲਬ ਗੋਲੀ ਚਲਾ ਤੀ। ਮੰਗ ਕਰਦੇ ਸਾਨੂੰ ਵੀ ਇਹ ਅੰਦਰ ਦਿੱਤੇ ਜਾਣ, ਇਹਨਾਂ 'ਤੇ ਪਰਚੇ ਹੋਣ, ਸਾਨੂੰ ਇਨਸਾਫ ਦਿੱਤਾ ਜਾਵੇ। ਪੁਲਿਸ ਕਾਰਵਾਈ ਅਜੇ ਆਏ ਆ ਕਰਦੇ ਪਏ ਆਪਣੇ, ਪਤਾ ਨਹੀਂ ਕੀ ਗੱਲਬਾਤ ਅਜੇ ਕਰਕੇ ਗਏ ਆ, ਉਹਨਾਂ ਨੂੰ ਵੀ ਕਹਿੰਦੇ ਮੁਲਾਜ਼ਮ ਵੀ ਆਪਣੀ ਡਿਊਟੀ ਨਿਭਾਉਣ, ਆਪਣੀ ਕਾਰਵਾਈ ਕਰਨ। ਇਹ ਜੀ ਚੌਂਕੀ ਕੋਟ ਮਿੱਤ ਸਿੰਘ ਦੇ ਏਰੀਏ ਵਿੱਚ ਮਾਤਾ ਗੰਗਾ ਜੀ ਨਗਰ ਭਾਈ ਮਾਨ ਸਿੰਘ ਰੋਡ, ਦੋ ਭਰਾ ਰਹਿੰਦੇ ਨੇ ਜੋਗਿੰਦਰਪਾਲ ਸਿੰਘ ਅਤੇ ਕੁਲਦੀਪ ਸਿੰਘ। ਇਹਨਾਂ ਦੇ ਬੱਚੇ ਗਲੀ ਦੇ ਵਿੱਚ ਕ੍ਰਿਕਟ ਖੇਡਣ ਤੋਂ ਇਹਨਾਂ ਦਾ ਕੋਈ ਝਗੜਾ ਹੋਇਆ, ਉਹ ਬੱਚੇ ਦਾ ਝਗੜਾ ਮੁੜ ਕੇ ਵੱਡਿਆਂ 'ਚ ਆ ਗਿਆ ਅਤੇ ਇਹ ਜਿਹੜਾ ਕੁਲਦੀਪ ਸਿੰਘ ਆ ਇਹਦੇ ਬੇਟੇ ਰਾਜੇ ਨੇ ਦਨਾਲੀ ਰਾਈਫਲ ਦੇ ਨਾਲ ਇੱਕ ਫਾਇਰ ਕੀਤਾ ਅਤੇ ਉਹ ਜਿਹੜਾ ਵਾ ਜੋਗਿੰਦਰਪਾਲ ਸਿੰਘ ਦੇ ਬੇਟੇ ਸੁਰਿੰਦਰਪਾਲ ਸਿੰਘ ਅਤੇ ਜਸਵਿੰਦਰਪਾਲ ਸਿੰਘ ਦੇ ਉਹਦੇ ਸ਼ਰੇ ਗਨਸ਼ੋਟ ਲੱਗੇ ਆ, ਇੱਕ ਨੇਬਰ ਸੀ ਗਵਾਂਢੀ ਉਹਦੇ ਵੀ ਸ਼ਰੇ ਲੱਗੇ ਆ ਇਹ, ਅਤੇ ਕੁਲਦੀਪ ਦੀ ਜੋਗਿੰਦਰਪਾਲ ਸਿੰਘ ਜਿਹੜੇ ਇਹਨਾਂ ਦੀ ਵਾਈਫ ਉਹਦੇ ਵੀ ਇੱਕ ਦੋ ਸ਼ਰੇ ਲੱਗੇ ਆ ਅਤੇ ਇਹ ਫਿਲਹਾਲ ਅਜੇ ਨਾਨਕ ਹੋਸਪਿਟਲ ਦਾਖਲ ਨੇ ਅਤੇ ਜਿਹੜਾ ਕੁਲਦੀਪ ਸਿੰਘ ਆ ਅਤੇ ਇਹਦੇ ਬੇਟੇ ਦੇ ਖਿਲਾਫ਼ ਅਸੀਂ ਜੋਗਿੰਦਰਪਾਲ ਸਿੰਘ ਦੇ ਬਿਆਨਾਂ ਦੇ ਉੱਤੇ 307/34/25/27 ਆਰਮਜ਼ ਐਕਟ ਤਹਿਤ ਪਰਚਾ ਦਰਜ ਕਰ ਦਿੱਤਾ ਹੈ। ਅਤੇ ਬੰਦੇ ਅਰੈਸਟ ਹੋ ਗਏ ਜੀ? ਨਹੀਂ, ਬੰਦਿਆਂ ਬਾਰੇ ਅਸੀਂ ਹੁਣ ਟੀਮਾਂ ਭੇਜੀਆਂ ਨੇ ਅਤੇ ਉਹ ਅਜੇ ਤੱਕ ਅਰੈਸਟ ਕੋਈ ਨਹੀਂ ਹੋਇਆ ਜੀ, ਛੇਤੀ ਕਰ ਲਉਂਗੇ।